रोपड़ जिले के थाना मोरिंडा में पड़ते गांव रामगढ़ में दोपहर के समय श्री गुरु ग्रंथ साहिब की बेअदबी का मामला सामने आया है। जानकारी के मुताबिक एक 40 वर्षीय व्यक्ति जो गांव का ही निवासी है, उसने गुरुद्वारा साहिब के अंदर जाकर श्री गुरु ग्रंथ साहिब के पन्ना नंबर 763 की बेअदबी की और साथ ही पालकी साहिब को भी नुकसान पहुँचाया। मौके पर लोगों को घटना का पता चला और आरोपी को पकड़कर पुलिस के हवाले कर दिया गया। आरोपी की पहचान गांव रामगढ़ के ही 40 वर्षीय व्यक्ति बलजीत सिंह के रूप में हुई है। लोगों के द्वारा आरोपी को मानसिक रूप से परेशान बताया जा रहा है। उधर चौकी लुथेड़ी के इंचार्ज शिंदरपाल सिंह ने बताया कि लोगों द्वारा आरोपी को पकड़ लिया गया है और आरोपी के खिलाफ मुकदमा दर्ज कर लिया गया है। ਮੈਂਟਲੀ ਅਪਸੈਟ ਕਹਿ ਰਹੇ ਹਾਂ ਜੀ ਅਤੇ ਉਹ ਗੁਰਦੁਆਰੇ ਦੇ ਅੰਦਰ ਜਾ ਵੜਿਆ ਜੀ ਅਤੇ ਉਹਨੇ ਜਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਹਿ ਗਿਆ ਜੀ। ਨਾਂ ਕੀ ਉਸਦਾ ਜੀ? ਬਰਜੀਤ ਸਿੰਘ ਆ ਜੀ, ਪੁੱਤਰ ਸੁਖਦੇਵ ਸਿੰਘ। ਕਿਉਂਕਿ ਪਹਿਲਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਹਦਾਇਤਾਂ ਕਿ ਤੁਸੀਂ ਪਿੰਡ ਵਾਸੀਆਂ ਨੂੰ ਅਤੇ ਉੱਥੇ ਮਤਲਬ ਦਿਨ ਵਿੱਚ ਲੋਕ ਲਾ ਕੇ ਰੱਖਣਾ ਜਾਂ ਕੋਈ ਪਹਿਰੇਦਾਰ ਬੰਦਾ ਹੋਣਾ? ਲੋਕ ਲੱਗਿਆ ਹੋਇਆ ਹੋਇਆ ਜੀ, ਤੋੜ ਕੇ ਅੰਦਰ ਵੜਿਆ ਜੀ। ਅਤੇ ਦੋਸ਼ੀ ਪਕੜ ਲਿਆ ਜੀ? ਹਾਂਜੀ, ਪੁਲਿਸ ਦੇ ਪਾਸ ਆ ਜੀ। ਕਿੰਨਾ ਨੁਕਸਾਨ ਕੀਤਾ ਉਸ ਬੰਦੇ ਨੇ? ਪਾਲਕੀ ਤੋੜਤੀ ਜੀ, ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਪਾੜਤਾ ਜੀ। ਅੱਛਾ, ਹੁਣ ਪ੍ਰਸ਼ਾਦ ਤੁਸੀਂ ਪਿੰਡ ਦੇ ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਉਹਦੇ ਬਣ ਦੀ ਕਾਰਵਾਈ ਕੀਤੀ ਜਾਵੇ ਜੀ। ਸਰਪੰਚ ਸਾਹਿਬ, ਕੀ ਮਾਮਲਾ ਇਸ ਤੋਂ ਪਿੰਡ ਦਾ ਹੋਇਆ ਅੱਜ? ਪਿੰਡ ਦੇ ਵਿੱਚ ਨਾ ਬਰਜੀਤ ਸਿੰਘ ਨੇ ਗੁਰੂ ਘਰ ਜਾ ਕੇ ਮਹਾਰਾਜ ਜੀ ਸਰੂਪ ਦੇ 763 ਪੰਨਾ ਪਾੜਿਆ ਅਤੇ ਪਾਲਕੀ ਸਾਹਿਬ ਤੋੜੀ ਅਤੇ ਉਹਦੇ ਬਾਅਦ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਹੁਣ ਪੁਲਿਸ ਦੀ ਗ੍ਰਿਫਤਾਰ। ਤੁਸੀਂ ਹਾਂਜੀ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਉਸ ਇਲਾਵੇ? ਅਸੀਂ ਤਾਂ ਇਹ ਕਹਿੰਦੇ ਵੀ ਜਿਹੜੀ ਵੀ ਉਹਦੇ 'ਤੇ ਬਣਦੀ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਹੈ, ਉਹਦੇ ਵੱਲ ਕੋਈ ਢਿੱਲ ਨਹੀਂ ਦੇਣੀ ਚਾਹੀਦੀ। ਇਹ ਪਹਿਲਾਂ ਵੀ ਕਈ ਮਾਮਲੇ ਇੱਦਾਂ ਦਰਜ ਹੋਏ ਪਿੰਡਾਂ ਦੇ ਵਿੱਚ? ਸਾਡੇ ਪਿੰਡ ਪਹਿਲਾਂ ਕੋਈ ਇੱਦਾਂ ਦੇ ਪਹਿਲਾ ਚਾਂਸ। ਕੀ ਨਾਂ ਸਰ ਜੀ ਆਪਣਾ? ਮੇਰਾ ਨਾਂ ਸ਼ਿੰਦਰਪਾਲ ਹੈ ਜੀ, ਚੌਕੀ ਚਾਲ। ਸ਼ਿੰਦਰਪਾਲ ਜੀ, ਕੀ ਮਾਮਲਾ ਰਾਮਗੜ੍ਹ ਦਾ? ਰਾਮਗੜ੍ਹ ਦੇ ਪਿੰਡ ਦੇ ਬੰਦਿਆਂ ਨੇ ਸਾਡੇ ਧਿਆਨ 'ਚ ਲਿਆਂਦਾ ਸੀਗਾ ਜੀ, ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਜਿਹੜੀ ਪੰਨਾ ਨੰਬਰ 763 ਦੀ ਹੈ, ਉਹ ਪਿੰਡ ਦਾ ਬੰਦਾ ਹੈਗਾ ਬਰਜੀਤ ਸਿੰਘ। ਉਹਨਾਂ ਮਤਲਬ ਦੋ ਥਾਵਾਂ 'ਤੇ ਮਤਲਬ ਜਿਹੜੀ ਆ ਉਹਦੀ ਫਾੜ ਦਿੱਤਾ ਹੈਗਾ, ਜੋ ਇਸ ਬੰਦੇ ਅਸੀਂ ਉਹਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹੋਰ ਵੀ ਕੋਈ ਨੁਕਸਾਨ ਕੀਤਾ ਜੀ? ਹਾਂ, ਪਾਲਕੀ ਸਾਹਿਬ ਦਾ, ਪਾਲਕੀ ਸਾਹਿਬ ਵੀ ਤੋੜੀ ਆ ਉਹਨਾਂ, ਉਹਦਾ ਵੀ ਨੁਕਸਾਨ ਕੀਤਾ। ਹੁਣ ਕੀ ਤੁਸੀਂ ਮੁਕੱਦਮਾ ਦਰਜ ਕੀਤਾ ਉਸ ਬੰਦੇ 'ਤੇ? ਅਸੀਂ 295 AIPC ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ ਅਤੇ ਦੋਸ਼ੀ ਗ੍ਰਿਫਤਾਰ ਕਰ ਲਿਆ। एन स्टार न्यूज़ के लिए रोपड़ से जसवीर सैनी की रिपोर्ट।